ਮੇਰਾ ਦੇਸ ਹੋਵੇ ਪੰਜਾਬ, ਮੇਰਾ ਦੇਸ ਹੋਵੇ ਪੰਜਾਬ, ਮੇਰਾ ਦੇਸ ਹੋਵੇ ਪੰਜਾਬ। ਤੇ ਸ਼ਹਿਰਾਂ ਤੋਂ ਤਰੱਕੀ ਫੈਲਦੀ ਫੈਲਦੀ ਸਿੱਧ ਪੱਧਰੇ ਪੰਜਾਬ ਚਾਵੜੀ ਹੌਰੀ ਕਿੰਨੇ ਸਾਡੇ ਕੰਨਾਂ ਚ ਫੂਕ ਮਾਰੀ ਤੇ ਪਤਾ ਹੀ ਨਾ ਲੱਗਾ ਕਦੋਂ ਬਾਬਿਆਂ ਦੇ ਬਣਾਏ ਟੈਲਾਂ ਬੱਤਿਆਂ ਆਲੇ ਕਮਰੇ ਬਰਾਂਡਿਆਂ ਦੇ ਸਾਦੇ ਘਰ ਢਾ ਕੇ ਕੋਠੀਆਂ ਪਾਉਣ ਲੱਗ ਪਏ। ਯਾਦ ਰਹੇ ਕੱਚਿਆਂ ਤੋਂ ਪੱਕੇ ਪਾਉਣੇ ਤਾਂ ਸਮੇਂ ਦੀ ਲੋੜ ਸੀ। ਬਰਾਂਡੇ ਮੂਰੇ ਕੱਢੇ ਵਾਧਰੇ ਤੇ ਲਿਖਿਆ ਸਨ 1979 ਭੈੜਾ ਲੱਗਣ ਲੱਗ ਪਿਆ। ਹੱਲ ਪੰਜਾਲੀ ਬਲਦਾ ਦੇ ਜਾਣੂ ਜੱਟ ਬੂਟ ਕੱਛਾ ਚ ਜਵਾਰ ਦੇ ਬੀ ਆਲੇ ਝੋਲਿਆਂ ਚ ਕਾਗਜ਼ ਪੱਤਰ ਟੰਗ ਕੇ ਆਰਕੀਟੈਕਚਰਾਂ ਦੇ ਗੇੜੇ ਕੱਢਣ ਲੱਗੇ। ਅੱਗੇ ਗਹਿਣੇ ਪਈ ਜ਼ਮੀਨ ਬੜੀ ਸੰਗ ਦੀ ਗੱਲ ਸੀ, ਪਰ ਅੱਜ ਸਾਰਾ ਪੰਜਾਬ ਹੀ ਗਹਿਣੇ ਪਿਆ ਹੋਇਆ। ਪੁਰਾਣੇ ਘਰਾਂ ਦੀ ਲਾਲ ਰੋੜੀ ਕੁੱਟ ਕੇ ਕੋਠੀਆਂ ਚ ਲੱਗੇ ਡੂੰਗਰੀ ਦੇ ਪੱਥਰ ਹੇਠ ਲਾਸ਼ ਵਾਂਗੂ ਨੱਪੀ ਗਈ। ਪਹਿਲਾਂ ਕਮਰੇ ਹੁੰਦੇ ਸੀ ਢੋਲਾਂ ਵਾਲਾ, ਪੇਟੀਆਂ ਵਾਲਾ, ਰਸੋਈ ਬੈਠਕ ਤੇ ਸੌਣ ਪੈਣ ਵਾਲਾ। ਤਰੱਕੀ ਹੋ ਗਈ ਤਾਂ ਲੌਬੀ ਕਿਚਨ ਤੇ ਡਰਾਇੰਗ ਰੂਮ ਬਣ ਗਏ। ਜਿਹੜਾ ਸਵਾਦ ਵਿਹੜੇ 'ਚ ਪੱਖੇ ਮੂਰੇ ਮੰਜਿਆਂ ਦੀ ਪਾਲ ਬਣਾ ਕੇ ਸੌਣ ਦਾ ਆਉਂਦਾ ਸੀ, ਉਹ ਡੂੜ ਡੂੜ ਟਣੇ ਏਸੀਆਂ 'ਚ ਕਦੇ ਆਇਆ? ਤਰੱਕੀ ਨਾਲ ਜਵਾਕ ਸਾਰੇ ਡੋਰੋਮੋਨ ਮੋਟੂ ਪਤਲੂ ਦੇ ਜਾਣੂ ਹੋ ਗਏ। ਤਾਰਿਆਂ 'ਚ ਆਵੇ ਕਦੇ ਸਪਤ ਰਿਸ਼ੀ ਬਾਰੇ ਉਹਨਾਂ ਨੂੰ ਦੱਸਿਆ ਹੀ ਨਹੀਂ ਕਿ ਪੁੱਤ ਉਹ ਬਾਬੇ ਦਾ ਮੰਜਾ ਕੋਲ ਸਾਧ ਚੋਰ ਤੇ ਕੁੱਤਾ ਜਾਂਦੇ ਆ ਅੱਗੜ ਪਿੱਛੇ। ਪਬਜੀ ਖੇਡਣ ਵਾਲਿਆਂ ਜਵਾਕਾਂ ਨੇ ਕਦੇ ਵਿਹੜੇ 'ਚ ਖਲੋਤੇ ਸਕੂਟਰ ਦਾ ਮੋਰਲਾ ਟਾਇਰ ਘੁਕਾ ਕੇ ਮੀਟਰ ਦੇਖਣ ਦਾ ਸਵਾਦ ਹੀ ਨਹੀਂ ਲਿਆ। ਜਿਨ੍ਹਾਂ ਖਾਤਰ ਕੋਠੀਆਂ ਪਾਈਆਂ ਉਹ ਲਾਚਾਰ ਧੀ ਪੁੱਤ ਦਿੱਲੀਓ ਤੀਜੇ ਟਰਮੀਨਲ ਤੇ ਜਾ ਕੇ ਟੈਚੀਆਂ ਮਗਰ ਖੜ ਕੇ ਫੇਸਬੁੱਕ ਤੇ ਫੋਟੋ ਪਾ ਕੇ ਜਹਾਜ਼ ਚੜ ਗਏ। ਟਿੱਬੇ ਟਾਲੇ ਗਏ, ਖੁੱਲੀਆਂ ਚਰਾਦਾਂ ਵਾਹੀਆਂ ਗਈਆਂ ਤੇ ਖੁੱਲੇ ਚਰਦੇ ਪਸ਼ੂ ਕਿੱਲਿਆਂ ਤੇ ਆ ਬੱਜੇ। ਦੁੱਧ ਪੁੱਤ ਦੀ ਅਸੀਸ ਹੁੰਦੀ ਸੀ, ਦੁੱਧ ਜ਼ਹਿਰੀ ਹੋ ਗਿਆ ਤੇ ਪੁੱਤ ਪਰਦੇਸੀ। ਡਾਕਟਰਾਂ ਲਈ ਲੱਖ ਲੱਖ ਦੀ ਫਸਲ ਨਿਕਲਦੀ ਹੈ, ਮਹਿੰਗੇ ਕਨਵੈਂਟ ਸਕੂਲ ਤੇ ਹਸਪਤਾਲਾਂ ਮੂਰੇ ਸਾਰਾ ਪੈਸਾ ਉੱਜੜ ਜਾਂਦਾ ਹੈ। ਸ਼ੂਗਰ, ਸਟ੍ਰੈਸ, ਡਿਪਰੈਸ਼ਨ, ਹਾਰਟ ਅਟੈਕ, ਮਾਈਗ੍ਰੇਨ ਤੇ ਹੋਰ ਸੈਂਕੜੇ ਬਿਮਾਰੀਆਂ ਤਰੱਕੀ ਦੇ ਨਾਲ ਨਾਲ ਆਈਆਂ। ਲੱਖ ਲੱਖ ਤਨਖਾਹਾਂ ਲੈਣ ਵਾਲੇ ਵੀ ਬੈਠੇ ਨੇ, ਪਰ ਕਿਸੇ ਦੇ ਚਿਹਰੇ ਤੇ ਖੁਸ਼ੀ ਹੈ? ਹੱਸਣ ਖਾਤਰ ਯੋਗਾ ਕਰਨਾ ਪੈ ਰਿਹਾ ਹੈ। ਸਵਾਲ ਇਹ ਉੱਠਦਾ ਹੈ, ਫਿਰ ਤਰੱਕੀ ਦਾ ਫਾਇਦਾ ਕੀ ਹੋਇਆ? ਜੇ ਤਰੱਕੀ ਬੰਦੇ ਦੇ ਭਲੇ ਖਾਤਰ ਸੀ, ਫਿਰ ਭਲਾ ਹੀ ਕਿਉਂ ਨਾ ਹੋਇਆ? ਪੰਜ ਦਰਿਆਵਾਂ ਦੀ ਧਰਤੀ ਤੇ ਤਰੱਕੀ ਨੇ ਪਾਣੀ ਬੋਤਲਾਂ ਨਾਲ ਵਿਕਣ ਲਾਤਾ। ਜਦੋਂ ਤਰੱਕੀ ਨਹੀਂ ਸੀ, ਉਦੋਂ ਖਾਲਾਂ ਤੋਂ ਮੂੰਹ ਮੂਰੇ ਮੁੱਕੇ ਦਾ ਲੜ ਕਰਕੇ ਪਾਣੀ ਪੀ ਲੈਂਦੇ ਸੀ। ਵਿਹੜੇ 'ਚ ਕਿੱਲੀ ਤੇ ਟੰਗੇ ਫਿਲਿਪਸ ਦੇ ਰੇਡੀਓ 'ਚ ਹਰਿਮੰਦਰ ਸਾਹਿਬ ਦੀ ਗੁਰਬਾਣੀ ਦਾ ਜਿਹੜਾ ਸਵਾਦ ਆਉਂਦਾ ਸੀ, ਉਹ ਲਾਈਵ 'ਚੋਂ ਕਦੇ ਨਹੀਂ ਆਇਆ। ਐਸੇ ਤਰੱਕੀ ਨੇ ਸੰਗਮਰਮਰ ਲਾ ਕੇ ਗੁਰੂ ਘਰ ਖਾ ਲਏ। ਬਿਊਰੋ ਰਿਪੋਰਟ, ਲੁਧਿਆਣਾ ਵਿਊ।